मैं ना प्रैंक करना ऊपर तो पे शाम थी गई है दर्द ए झाऊ में भी भारी झाए सामने कोई जानवर मोया होया आया पे तो सारा कुत्ता खांदा खड़ा मशीन चलाई उन्हें तो पहले मिठाई बंदी निकी निके रसगुल्ले आए हैं। बिस्मिल्लाहिर्रहमानिर्रहीम अस्सलाम वालेकुम मैं अवैस लशारी तो सरद पे यूट्यूब चैनल अवैस लशारी व्लॉग्स टाइम थी दा पे 7 दा इन्हां दा स्कूल दा टाइम भी इन्हां को स्कूल छोड़ने ते असा वेंदे पे अपनी दुकान ते कमाल दी शहर राती भाई घिन के दुकान ते रख के ओ भी तक दिखेंदे ते अज दी सारी रूटीन तुहानू शेयर करण वाले अज दा व्लॉग स्टार्ट करन पे सा चैनल को सब्सक्राइब करके नो तो शुरू करने मजेदार वीडियो चलो 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 सुमरत बे अलहमदुल्ला सही दुकान पर पहुँच चुके दुकान खोल भी गई है तो ये पार्सल ये बॉक्स जिंदे कमाल की एक चीज़ है हौली हौली एक अनबॉक्स करके ना तो कुछ चेक करवा सू फिलहाल मैं थोड़ी जी सफाई करगी ना इन्हें दी सैटिंग करगी ना भाई गया वो नाल दुकान पर वो आ गए। अच्छा दोस्तों ये बॉक्स जिंदे कमाल की एक चीज़ है एक खोल के भी तक दिखे ने यह कितने का बॉक्स है इन क्या है क्या कीमत इंदी ओ भी इंशाल्लाह तक सारी दिखे ने असले हुण भाई गया ते नाले दुकान ते जूं ही वापस आंदे ना उंदे बाद इंदी अनबॉक्सिंग करंदे पए खोल ओए इंतजार करो ये बढ़दी पई है ए डिस्प्ले है इंदा आओ ना सुबह अली ओ इनाल पेपर है इने को मैं शीट थोड़ा ना हो शायद तो दुनिया दे ना फर्क है यही वे मशीन इनकी कीमत को बाद में से फाइनल ही कुछ चला के देते हैं रेट मांगो ना सामान दे दो चेक करो ना फिर मोबाइल टैब वॉच हेडफोन कैमरा गेम अच्छा ये अपना ही सिस्टम है गाइस हां सारे स्लाइड करो ऊपर की हां अच्छा ये मोबाइल प्रूफ भी केड़ा मोबाइल तेरा केड़ा मोबाइल ओप्पो ओप्पो जा जा हां ओए कौन से ट्राई कट बिल थी चुका हूं ਕਰਨ ਦੇ ਪੇਪਰ ਕਿਥਾਂ ਦੇ ਜੀ ਤਰੇ ਥੋੜੀ ਇੰਤ ਕਰਕੇ ਲਾਉਂ ਪਰਤ ਕਰਕੇ ਮੈਂ ਲਈ ਇਹਦੀ ਆ ਪੇਪਰ ਹੈ ਇਹ ਵੀ ਸਿੰਪਲ ਬਾਰ ਕਰਕੇ ਇਹ ਪੇਨ ਇਹ ਇਹਦੇ ਤੋਂ ਦਾ ਨਹੀਂ ਵਾਇਨਾ ਤੇ ਇਹਦੇ ਤੋਂ ਨਾ ਇਹਦੇ ਓਕੇ ਆ ਕਰ ਥੋੜਾ ਜਾਂ ਲਾ ਕਰ ਸਟਾਰਟ ਯੂਵੀ ਵੀ ਹੈ ਕਟਿੰਗ ਸੈਟਿੰਗ ਵੀ ਹੈ स्पीड और सिस्टम काट आए ना स्टार्टिंग गेड़ी है अगया 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 जो करने आप करना ये बाहर इन्होंने निकल जाए पहले नहीं रहा मशीन चलाई उन्हें तो पहले मिठाई बंदी निकी निके रसगुल्ले आए हैं। अल्हम्दुलिल्लाह सही सारी मशीन बिल्कुल ओके है नहीं सीधा ना क्या पेपर कटिंग प्लाटर पेपर कटिंग प्लाटर इनकी कीमत भी तो को बाद दिसे ने मैं इतना अपने मोबाइल किसी पेपर चेक करें था मैं बाइक में आके सब तो पहले मैं को पेपर ला के हम चेक करें दे पे अच्छा ये हम पेपर जेडे मुख्तलिफ डिजाइन अपनी मर्जी का चुन के ना
ਇਥਾ 100 ਮਸ਼ੀਨ ਜੋ ਪ੍ਰਿੰਟ ਕਰਦੇ ਸੀ ਜਿੰਦੇ ਬਾ ਮੋਬਾਈਲ ਤੇ ਕਿਹੜਾ ਕਿਹੜਾ ਮੋਬਾਈਲ ਹੈ ਅਲਹਮਦੁਲਿਲਾ ਮਿਠਾਈ ਵੀ ਚਲਦੀ ਪਈ ਹੈ ਤੇ ਇਹਨੂੰ ਪੇਪਰ ਕਟਿੰਗ ਵੀ ਦਿੰਦੀ ਪਈ ਹੈ ਸਾਡਾ ਆਪਣਾ ਚੈੱਕ ਕਰਨ ਦਾ ਬੈਠਾ ਕਿ ਮੈਂ ਕਿਹੜਾ ਲਵਾਂ ਅੱਛਾ ਮੈਂ ਇਹ ਵਾਲਾ ਪੇਪਰ ਸਿਲੈਕਟ ਕੀਤੀ ਬੈਠਾ ਮੇਰੇ ਮੋਬਾਈਲ ਦੇ ਪਿੱਛੇ ਕੀ ਹੋ ਲੱਗੀ ਉਹ ਤੁਸੀਂ ਮਿਕਸ ਕਰ ਦਿੱਤਾ ਤਾਂ ਕਿਵੇਂ ਲੱਗਦਾ ਪਿਆ ਕਮੈਂਟ ਕਰੋ ਸਿੰਪਲ ਮੈਨ ਵਾਲੇ ਨੇ ਇੱਕ ਇੱਕ ਸਾਈਡ ਕਟਿੰਗ ਕਰ ਮੈਨੇ ਸ਼ਾਪਰ ਨਹੀਂ ਸੀ ਹੁਣ ਤੇ ਮੇਰੇ ਪੇਪਰ ਦੀ ਵਾਰੀ ਹੈ ਇਹ ਵਾਲਾ ਪੇਪਰ ਮੋਬਾਈਲ ਦੇ ਪਿੱਛੇ ਲੱਗਦਾ ਪਿਆ ਆਏ ਹਾਏ ਹਾਏ ਚੈੱਕ ਕਰੋ ਯਾਰ ਫੇਵਰਿਟ ਮੇਰਾ ਅੱਛਾ ਇਹ ਚੋਣ ਕਰੇ ਸੋ ਵੀਵੋ ਵੀਵੋ Y53S ਇਹ ਆਇਆ ਬੈਕ ਇਹਾ ਇੱਕ ਹੋਣੀ ਥਰ ਰੱਖਦੇ ਸੂ ਇੱਕ ਕਟਿੰਗ ਕਰੇ ਸੀ ਯੋਲ ਹਾਂ ਇੱਥੋਂ ਜੇ ਸਟਾਰਟ ਕਟਿੰਗ ਕੀਤੀ ਸੀ ਕੰਮ ਸ਼ੁਰੂ ਕੀ ਹੋ ਸੀ ਇਹ ਹੈ ਮੇਰਾ ਵੀਵੋ ਦਾ ਮੋਬਾਈਲ ਅਤੇ ਇਹਦੀ ਚਮਕ ਚੈੱਕ ਕਰੋ ਆਏ ਹਾਏ 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 ਚੈੱਕ ਕਰੋ ਇਹ 3G ਮੈਂ ਜੈਲੀ ਲਵਾਉਂਦਾ ਪਿਆ ਪੇਪਰ ਲਵਾਉਂਦਾ ਪਿਆ ਉਹਦੇ ਬਾਅਦ ਇੱਕ ਮੈਂ ਜ਼ਿਆਦਾ ਖੋਲ੍ਹੇ ਕਿ ਡਾਂ ਹੁੰਦਾ ਕਟਿੰਗ ਸਟਾਰਟ ਕੀ ਗਈ ਕਟਰੇ ਚੋਂ ਕਟਿੰਗ ਥੀ ਗਈ ਹੈ ਹੁਣ ਇਹਦੇ ਇੱਥੇ ਸੈਟਿੰਗ ਉਹ ਵਾਲਾ ਪੇਪਰ ਸਾਰਾ ਜ਼ਾਇਆ ਥੀ ਗਿਆ ਹੁਣ ਦੁਬਾਰਾ ਅਸਾਂ ਇਹ ਵਾਲਾ ਕਰਨਾ ਚਾਹੁੰਦੇ ਹਾਂ ਅਸਲ ਨੇ ਤਾਂ ਅਸਾਂ ਮਾਡਲ ਗਲਤ ਸਿਲੈਕਟ ਕਰ ਬੈਠੇ ਤਾਂ ਮੈਂ ਮੋਬਾਈਲ ਦਾ ਪੇਪਰ ਕਟੀ ਚ ਗਿਆ ਅਲਹਮਦੁਲਿਲਾ ਸਹੀ ਮੋਬਾਈਲ ਦੇ ਪਿੱਛੋਂ ਪੇਪਰ ਲੱਗ ਗਿਆ ਅਤੇ ਜ਼ਰਾ ਕਮੈਂਟ ਕਰਕੇ ਦੱਸੋ ਕਿਵੇਂ ਲੱਗਦਾ ਬਈ ਚਾਸੇ ਹਾਏ 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 ਸਪੰਜ ਬੋਬ ਅਲਹਮਦੁਲਿਲਾ ਘਰ ਪਹੁੰਚ ਚੁੱਕਾ ਹੱਥ ਮੂੰਹ ਧੋਤਾ ਮੀ ਮੈਂ ਆਪਣੇ ਵਾਲ ਵੱਲ ਦੇ ਸਿੱਧੇ ਕੀਤੇ ਇੱਕ ਤਾਂ ਗਰਮੀ ਬਹੁਤ ਜ਼ਿਆਦਾ ਆਈ ਵੱਲ ਧੂੜ ਮਿੱਟੀ ਰਾਹ ਦੇ ਵਿੱਚ ਤਾਂ ਮੂੰਹ ਦੇ ਉੱਤੇ ਚਿਪਚਿਪਾਹਟ ਸ਼ੁਰੂ ਥੀ ਵੈਂਦੀ ਹੈ ਤਾਂ ਵਾ ਤਾਂ ਕਿ ਮੂੰਹ ਧੋਤਾ ਮੀ ਹੁਣ ਫਰੈਸ਼ ਥੀ ਕੇ ਬੈਠਾ ਆਪਣੇ ਕਿਚਨ ਮੋਬਾਈਲ ਚਾਰਜਿੰਗ ਲਈ ਬੈਠਾ ਮੈਂ ਮੋਬਾਈਲ ਵੀ ਚਾਰਜਿੰਗ ਤੇ ਲਾ ਕੇ ਤਾਂ ਲੱਗਾ ਵੈਸਾ ਮੈਂ ਵਾਂ ਕਿ ਸੁਮ ਥੀ ਸਾਂ ਕਿਉਂਕਿ ਰਾਤੀ ਮੇਰੀ ਨੀਂਦਰ ਪੂਰੀ ਨਹੀਂ ਥੀ ਇੱਕ ਤਾਂ ਮੇਰੇ ਜਿਸਮ ਇੰਨਾ ਥੋੜ੍ਹੇ ਜਿਹੇ ਦਰਦ ਆਉਣ ਨਾ ਲੱਤਾਂ 'ਚ ਪੂਰੇ ਜਿਸਮ ਵਿੱਚ ਦਰਦ ਆਈ ਪਤਾ ਨਹੀਂ ਕਿਹੜੀ ਵਜ੍ਹਾ ਤੋਂ ਖੈਰ ਰਾਤ ਨੀਂਦਰ ਪੂਰੀ ਨਹੀਂ ਥੀ ਹੁਣ ਮੈਂ ਵਾਂ ਕਿ ਸੁਣ ਸਾਂ ਵੱਤ ਇਨਸ਼ਾਅੱਲਾ ਹੁਣ ਮਿਲਦੇ ਪਏ ਤੁਹਾਡੇ ਨਾਲ 5 ਵਜੇ ਤਾਂ ਵੇਟ ਕਰਾਏ ਅਲਹਮਦੁਲਿਲਾ ਸਹੀ ਫਰੈਸ਼ ਥੀ ਕਿ ਵਲਦਾ ਆਏ ਬੈਠੇ ਹੈ ਆਪਣੇ ਟਿੱਬੇ ਦੇ ਉੱਤੇ ਸਾਹਮਣੇ ਸਾਡੇ ਉੱਠ ਬੰਦੇ ਬੈਠੇ ਇਹਨੂੰ ਅਮਜਦ ਬੈਠੇ ਪਰੂ ਸ਼ਮਰੋਜ ਬੈਠੇ ਇਹਨੂੰ ਅਲੀ ਹਸਨ ਖੜੇ ਅਤੇ ਇਹਨੂੰ ਅਸਦ ਖੜੇ ਅਤੇ ਇੱਥੇ ਬੈਠੇ ਅਤੇ ਅਸਾਂ ਸੁੱਚਿਆਂ ਦੇ ਬੈਠੇ ਹਾਂ ਕਿ ਜੋਲ ਕੇ ਨਾ ਕਸ਼ੇ ਪੱਟ ਦਿਲ ਕਰੇ ਦਾ ਪਾਈ ਕਿਹੜੀ ਸ਼ੇ ਦਾ ਸੀਟ ਖਾਉਣ ਦਾ ਉਹ ਕਿਆ ਹੁੰਦਾ ਹੈ ਉਹ ਹੁੰਦੇ ਨੇ ਇਵੇਂ ਹੁੰਦੇ ਹੁੰਦੇ ਉਹ ਭਾਜੀ ਹੁੰਦੀ ਹੈ ਭਾਜੀ ਅਮਜਦ ਤੂੰ ਦਾ ਸੀਟ ਕਿਆ ਹੁੰਦਾ ਹੈ ਦੱਸ ਖੁੰਬਿਆ ਖੁੰਬਿਆ ਬੰਦ ਕੇ ਆਂਦੇ ਸਰ ਹੈ ਬੰਦ ਕੈਮਰੇ ਦੇ ਸਰ ਆਦੇ ਬੰਦ ਕੈਮਰੇ ਦੇ ਸਭ ਤੋਂ ਇਹਦੀ ਮਜ਼ੇਦਾਰ ਚੀਜ਼ ਹੁੰਦੀ ਹੈ ਰੈਸਪੀ ਨਹੀਂ ਦੱਸਣਾ ਚਾਹੁੰਦਾ ਹੈ ਤੂੰ ਕਹਦਾ ਪਏ ਅੱਛਾ ਬਗੈਰ ਦੇਰ ਕੀਤੇ ਕਿਉਂਕਿ ਸ਼ਾਮ ਥਾਈ ਕਿਹੜੀ ਹੁੰਦੇ ਬਾਹਰ ਰਾਤ ਹੀ ਥੀ ਵੰਜਣੀ ਹੈ ਨਾ ਤਾਂ ਬਾਅਦ ਫੌਰਨ ਪਹੁੰਚਦੇ ਵਾਂ ਕਿ ਕੋਈ ਸੀਟ ਸ਼ੀਟੂ ਕੋਈ ਖੁੰਬੀਆਂ ਸ਼ੁੰਬੀਆਂ ਗੁਲੇ ਨੇ ਉਹਦੇ ਬਾਅਦ ਅਗਰ ਲੱਭ ਗਏ ਤਾਂ ਪੱਕਾ ਕੇ ਖਾਸੋ ਅੱਛਾ ਹਸਨੈਨ ਕੋ ਭੇਜਣ ਵਾਂ ਹਸਨੈਨ ਕੋ ਸਾਡਾ ਯਾਰ ਦੋਸਤੋ ਅਸਾਂ ਹੁਣ ਪਹੁੰਚ ਚੁੱਕੇ ਹਾਂ ਆਪਣੇ ਟਿਬੇ ਉੱਤੇ ਪਹਿਲਾਂ ਤਾਂ ਯਕਦਮ ਮੈਂ ਡਰ ਗਈ ਸਾਹਮਣੇ ਕੋਈ ਜਾਨਵਰ ਮੋਇਆ ਹੋਇਆ ਆਇਆ ਪਏ ਤੇ ਸਾਰਾ ਕੁੱਤਾ ਖਾਂਦਾ ਖੜਾ ਹੈ ਡਰ ਗਏ ਅੱਛਾ ਜੂੰ ਹੀ ਮੈਂ ਆਇਆ ਨਾ ਤੇ ਇਹ ਕਰਚ ਕਰਚ ਦੀ ਆਵਾਜ਼ ਦੇ ਹੱਡੀਆਂ ਤਰੋੜਨ ਦੀ ਨਾ ਤਾਂ ਮੈਂ ਯਕਦਮ ਡਰ ਗਈ ਖੈਰ ਕੁੱਤਾ ਆਪਣਾ ਇਹਨਾਂ ਤਾਂ ਕੋਈ ਵੀ ਆ ਜਾਨਵਰ ਹੁੰਦਾ ਵੀ ਆ ਕੁੱਤਾ ਹੁੰਦਾ ਨਾ ਸ਼ਾਇਦ ਸਾ ਕੋਈ ਚੀਰ ਪਾੜ ਸੱਟਿਆ ਉਹ ਕੁੱਤਾ ਸਾਰੇ ਪਿੱਛੋਂ ਆ ਗਏ ਈ ਟਿਬੇ ਦੀ ਹਰ ਹਰ ਚੌਂਡ ਦੇ ਉੱਤੇ ਨਾ ਸਾਡਾ ਹਰ ਹਰ ਕਲਿੱਪ ਹਰ ਹਰ ਵੀਡੀਓ ਫਨੀ ਵੀਡੀਓ ਬਣੀ ਹੋਈ ਹੈ ਅਤੇ ਉਹ ਸਾਹਮਣੇ ਤੋਂ ਘਰ ਨਜ਼ਰ ਆਉਂਦੇ ਪੈਣ ਇਹ ਉਹ ਵਾਲੇ ਇਹਦੇ ਨਾਲ ਇੱਕ ਆਈ ਟਿਊਬਵੈਲ ਦਾ ਕੂਆਂ ਆਈ ਅਤੇ ਉੱਥੇ ਮੈਂ ਇੱਕ ਵੀਡੀਓ ਬਣਾਈ ਅਤੇ ਉਹ ਮੇਰੀ ਵੀਡੀਓ ਗਈ ਹੈ 2.5 ਮਿਲੀਅਨ ਦੇ ਉੱਤੇ ਖੈਰ ਬਾਈ ਵੀ ਸੀਨ ਇੱਥੇ ਮੈਂ ਕ੍ਰੀਏਟ ਕੀਤੇ ਲੇਕਿਨ ਉਹ ਮੇਰਾ ਜ਼ਿਆਦਾ ਵਾਇਰਲ ਥੀ ਆਈ ਮੈਂ ਜਾਦੂ ਹੀ ਚਰਖੇ ਵਾਲੀ ਬਣਾਈ ਹੋਈ ਅੱਛਾ ਅਸਾਂ ਇੱਥੇ ਕਰਨ ਕਿਆ ਆਏ ਮੈਂ ਕੋਈ ਤਾਂ ਕੰਮ ਹੀ ਭੁੱਲ ਗਿਆ ਸਦ ਸੀ ਟੂ ਗੋਲਣ ਆਏ ਮੈਂ ਕੋਈ ਲੱਗਦਾ ਹੁਣ ਸਾਕੋ ਨਹੀਂ ਲੱਭਦੇ ਲੇਕਿਨ ਕੋਸ਼ਿਸ਼ ਕਰੇ ਨੇ ਅਤੇ ਮੈਂ ਤਾਂ ਕੋਈ ਦੱਸਣਾ ਪਿਆ ਕਿ ਇਹ ਸਾਰੇ ਏਰੀਏ ਦੇ ਵਿੱਚ ਨਾ ਅਸਾਂ ਆਪਣੇ ਹਰ ਪੋਜੀਸ਼ਨ ਦੇ ਉੱਤੇ ਆਪਣੀ ਵੀਡੀਓ ਬਣਾਈ ਹੋਈ ਹੈ ਅਸਾਂ ਦੁਨੀ ਉਹ ਬਿਲਕੁਲ ਸਾਹਮਣੇ ਗਏ ਹੁੰਦੇ ਅਤੇ ਇਹਨਾਂ ਦੇ ਨਾਲ ਮੈਂ ਹੁਣ ਕਰਿੰਦਾ ਪਿਆ ਪ੍ਰੈਂਕ ਇਹ ਕਿ ਮੈਂ ਇੱਥੋਂ ਗਾਇਬ ਥੀਂਦਾ ਪਿਆ ਇਹ ਤਾਂ ਕਹਿਆ ਮੈਂ ਪਿੱਛੋਂ ਆਵਾਜ਼ ਦਿੱਤੀ ਨੇ ਕਿਹੜੇ ਮੇਰਾ ਪ੍ਰੋਗਰਾਮ ਵੜ ਗਿਆ ਖੈਰ ਮੈਂ ਇਹਨਾਂ ਦਾ ਪ੍ਰੈਂਕ ਕਰਨਾ ਉੱਪਰ ਤੇ ਪੈਂਦੇ ਪੈ ਉਹ ਇੱਥੇ ਆ ਕੇ ਲੁੱਕ ਕੇ ਬਹਿ ਗਿਆ ਹੁਣੇ ਮੇਰੇ ਕੋਲ ਆਵਾਜ਼ਾਂ ਦੇ ਸਨ
ਇਹਦੇ ਪੁਰਵ ਦਿੰਦਾ जेड़े भी हैं मेरे को लगता है तकरीबन आवाम पट गई है लेकिन कोशिश करें लव वैसे बस मैं दादा छुट्टी करूं घर जुलू है शाम थी गई है ए झा उमें भी भारी झा है खैर हूँ घर पहुंचते हूँ बाद तो रूटीन शेयर कर जी भाई दस बंद है दस दस तो सही दस तो सही बंद है दस अलहमदुल्ला तंदूर दी गर्मा गर्म रोटी ते ना लोठता गोश्त अगर तुसा खाना ता ओ बिस्मिल्ला न ता पहले मैं खा के नौ दे बाद इंशाल्लाह मिलते पए मार्का टाइम थिंदा पे अवे होण 9:59 मींस के 10 बज चुकी है ते मैं ते असद हुन छुट्टे मेने है सीधा फार्म ते क्योंकि उत्ता बह के गप्पा शप्पा करे सो अज गर्मी बहुत ज्यादा है घर च ता अंदर गर्मी लगती पी मैं खुले माहौल निकल के मैंने उतो कोई गप शप करे सो इंशाल्लाह ते रात बहुत ज्यादा थी गई इन व्लॉग दे थिंक सो एंड तक मिल सो इंशाल्लाह नवी वीडियो दे नाल उम्मीद है ता व्लॉग तो चंगा लगा सो अगर आज ता व्लॉग चंगा लगे चैनल को सब्सक्राइब कर सो लाइक कर सो शेयर कर सो तब तक के लिए अल्लाह हाफिज़ अल्लाह हाफिज़ एगो जी ता भज्जे मैंने गुटो यही थी संगदा